ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ। ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ ਐਂਡ ਦਿਸ ਇਜ਼ ਰੂਪ ਕੌਰ। ਪ੍ਰਾਈਮ ਹੈਪਨਿੰਗਸ ਦੇ ਇੱਕ ਹੋਰ ਐਪੀਸੋਡ ਦੇ ਵਿੱਚ ਮੈਂ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਕਰਦੀ ਹਾਂ। ਇਸ ਸੈਗਮੈਂਟ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਕਿੱਥੇ ਕਿੱਥੇ ਕਿਹੜੇ ਇਵੈਂਟਸ ਹੋ ਰਹੇ ਆ ਉਹਦੀ ਜਾਣਕਾਰੀ ਆਪਾਂ ਤੁਹਾਨੂੰ ਦਿੰਦੇ ਰਹਿੰਦੇ ਹਾਂ। ਅਤੇ ਅੱਜ ਵੀ ਇੱਕ ਹੋਰ ਇਵੈਂਟ ਇਸ ਤਰ੍ਹਾਂ ਦਾ ਹੋ ਰਿਹਾ ਜਿਹਦੇ ਬਾਰੇ ਜਾਣਨਾ ਬਹੁਤ ਜ਼ਰੂਰੀ ਬਣ ਜਾਂਦਾ, ਕਿਉਂਕਿ ਕਈ ਵਾਰੀ ਟੀਵੀ ਸਕਰੀਨ ਹੈ ਜਿਹੜੀ ਉਹ ਓਨੀ ਸਿੱਖਿਆ ਨਹੀਂ ਦੇ ਸਕਦੀ ਜਿੰਨੀ ਇੱਕ ਲਾਈਵ ਨਾਟਕ ਦੇ ਸਕਦਾ। ਆਈਡੀਆ ਤਾਂ ਤੁਹਾਨੂੰ ਹੋ ਹੀ ਗਿਆ ਹੋਏਗਾ ਕਿ ਮੈਂ ਕਿਸ ਚੀਜ਼ ਦੇ ਬਾਰੇ ਗੱਲ ਕਰਦੀ ਹਾਂ। ਇਸ ਤਰ੍ਹਾਂ ਕਰਦੇ ਹਾਂ ਕਿ ਗੱਲਬਾਤ ਆਪਾਂ ਬਾਅਦ ਵਿੱਚ ਕਰਦੇ ਹਾਂ, ਪਹਿਲਾਂ ਸਟੂਡੀਓ ਦੇ ਵਿੱਚ ਆਏ ਮਹਿਮਾਨਾਂ ਦਾ ਸਵਾਗਤ ਕਰਦੇ ਹਾਂ। ਜੀ, ਸਵਾਗਤ ਕਰਦੇ ਹਾਂ ਅਸੀਂ ਗੁਰਚਰਨ ਸਿੰਘ ਅਤੇ ਅਕਸ਼ ਸਮਰਾ ਜੀ ਦਾ। ਬਹੁਤ ਬਹੁਤ ਸਵਾਗਤ ਤੁਹਾਡਾ। ਸ਼ੁਕਰੀਆ ਜੀ। ਸ਼ੁਕਰੀਆ। ਪ੍ਰਾਈਮ ਏਸ਼ੀਆ ਸੁਣਨ ਵਾਲੇ, ਦੇਖਣ ਵਾਲੇ ਸਾਰੇ ਦੋਸਤਾਂ ਮਿੱਤਰਾਂ ਨੂੰ ਸਾਡੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਆਦਾਬ, ਜ਼ਿੰਦਾਬਾਦ ਜੀ। ਜੀ, ਮੈਂ ਸੁਣਿਆ ਤੁਸੀਂ ਅਕਬਰ ਨੂੰ ਕੈਨੇਡਾ ਬੁਲਾ ਰਹੇ ਹੋ, ਕੀ ਮਤਲਬ ਉਹਦੇ ਜਿਹੜੀ ਕਬਰ ਹੁੰਦੀ ਆ ਉਹਨੂੰ ਤੁਸੀਂ ਨਿਕਾਹ ਦੇ ਵਿੱਚੋਂ ਕੱਢ ਕੇ ਲੈ ਕੇ ਆਏ ਹੋ? ਬਹੁਤ ਹਰ ਇੱਕ ਸਵਾਲ ਪੁੱਛਦਾ ਯਾਰ ਅਕਬਰ ਕੀ। ਦੇਖੋ ਜੀ, ਅਕਬਰ ਸਾਡਾ ਨਾ ਸਮੇਂ ਦਾ ਇੱਕ ਪਰ ਸਿੰਬਲ ਹੈ ਜੀ, ਉਹ ਰਾਜਾ ਜੀ। ਤੇ ਅਸੀਂ ਜਿਹੜਾ ਹੈਗਾ ਕਿ ਵੀ ਹੁਣ ਜਿਹੜਾ ਪੰਜਾਬ ਨੂੰ ਅਸੀਂ ਸਿਆਸਤ ਨੂੰ ਨਾਲ ਜੋੜ ਲਿਆ, ਕਿਉਂਕਿ ਜਦੋਂ ਬੰਦਾ ਕੋਈ ਲੇਖਕ ਲਿਖਦਾ, ਮੇਰਾ ਦੋਸਤ ਬਹੁਤ ਪਿਆਰਾ ਮਿੱਤਰ ਹੈ ਜੀ, ਨੀਤੀ ਥੀਏਟਰ ਪਟਿਆਲਾ ਦੇ ਵਿੱਚ ਹੈਗਾ ਜੀ ਬਲਵਿੰਦਰ ਬੋਲਟ, ਉਹਦਾ ਲਿਖਿਆ ਹੋਇਆ ਪਲੇ ਅਸੀਂ ਉਹਨੂੰ ਅਮੈਂਡਮੈਂਟ ਕੀਤਾ ਜੀ। ਥੋੜ੍ਹਾ ਜਿਹਾ ਮੈਂ ਦੱਸ ਦਿਆਂ ਸਾਰੇ ਹੀ ਦਰਸ਼ਕਾਂ ਨੂੰ, ਤੁਸੀਂ ਕਹਿਣਾ ਕਿ ਇਹ ਕੀ ਅਕਬਰ ਦੀਆਂ ਕਬਰਾਂ ਦੀਆਂ ਗੱਲਾਂ ਕਰਨ ਲੱਗ ਪਿਆ। ਨਾਟਕ ਕਰਵਾਇਆ ਜਾ ਰਿਹਾ ਅਕਬਰ ਟੂ ਕੈਨੇਡਾ, ਜਿਨ੍ਹਾਂ ਨੂੰ ਕਰਨ ਜਾ ਰਹੇ ਨੇ ਗੁਰਚਰਨ ਜੀ ਅਤੇ ਅਕਸ਼ ਸਮਰਾ ਜੀ, ਦੋ ਜਣੇ ਹੀ ਨੇ, ਟੂ ਮੈਨ ਆਰਮੀ। ਅਤੇ ਇਹਨਾਂ ਨੇ ਉਹ ਨਾਟਕ ਦੇ ਵਿੱਚ ਕੀ ਕਰਨ ਜਾ ਰਿਹਾ, ਕਦੋਂ ਕਰਵਾ ਰਿਹਾ, ਉਹਦੇ ਬਾਰੇ ਅੱਜ ਦਾ ਪੂਰਾ ਸੈਗਮੈਂਟ ਅਸੀਂ ਤੁਹਾਡੇ ਤੱਕ ਲੈ ਕੇ ਆਏ ਹਾਂ। ਜੀ, ਹੁਣ ਆਪਾਂ ਗੱਲ ਕਰਦੇ ਹਾਂ ਅਕਬਰ ਦੀ। ਹਾਂਜੀ, ਅਕਬਰ ਬਸ ਤੁਹਾਨੂੰ ਦੱਸਿਆ ਵੀ ਜਿਵੇਂ ਸਮੇਂ ਦਾ ਸਿਆਸਤ ਦਾ ਜਿਹੜਾ ਰਾਜਾ ਜੀ, ਇਹ ਹੈਗਾ ਆਪਣਾ ਪੰਜਾਬ ਦਾ ਜਿਹੜਾ ਹੈਗਾ। ਹੁਣ ਅਸੀਂ ਤੁਸੀਂ ਸਮਝ ਗਏ ਹੋਵੋਗੇ ਕਿ ਵੀ ਜਿਹੜਾ ਸਾਡਾ ਕੰਮ ਆ ਸਿਸਟਮ ਦੇ ਉੱਪਰ ਕਟਾਕਸ਼ ਕਰਨਾ ਜੀ। ਇਹ ਪੋਲੀਟੀਕਲ ਜਿਹੜਾ ਹੈਗਾ ਕਮੈਂਟ ਸਟਾਰਿਕ ਪਲੇ ਆ, ਬਹੁਤ ਜ਼ਿਆਦਾ ਕਾਮੇਡੀ ਸ਼ੋਅ ਹੈ। ਅਕਬਰ ਸਮੇਂ ਦਾ ਰਾਜਾ ਜੀ ਅਤੇ ਜਿਹੜਾ ਸਲੀਮ ਹੈ ਉਹਦਾ ਮੁੰਡਾ ਜੀ। ਵਾਪਸ ਮੁੜ ਕੇ ਗਿਆ ਸੀ ਲਾਸਟ ਈਅਰ ਦੇ ਵਿੱਚ ਜੀ। ਸੋ ਇਸ ਪਲੇ ਦੀ ਡਿਮਾਂਡ ਬਹੁਤ ਹੈ ਜੀ, ਕਿਉਂਕਿ ਇਸ ਪਲੇ ਦੇ ਵਿੱਚ ਨਾ ਜਿੰਨੇ ਵੀ ਅਸੀਂ ਬੜੇ ਔਖੇ ਔਖੇ ਨਾਟਕ ਕੀਤੇ ਆ, ਸਾਨੂੰ ਬਹੁਤ ਜ਼ੋਰ ਲਾਉਣਾ ਪੈਂਦਾ ਸੀ। ਇਸ ਪਲੇ 'ਚ ਅਸੀਂ ਨਹੀਂ ਜ਼ੋਰ ਲਾ ਰਹੇ ਜੀ, ਸਾਡਾ ਕੰਮ ਸਾਡਾ ਅਕਬਰ ਅਤੇ ਸਲੀਮ ਨੇ ਬਹੁਤ ਸੌਖਾ ਕਰ ਦਿੱਤਾ ਜੀ। ਮੈਨੂੰ ਤਾਂ ਇਹ ਡਰ ਲੱਗਦਾ ਕਿ ਸਾਡੀ ਜਿਹੜੀ ਰੋਜੀ ਰੋਟੀ ਹੈ ਵੀ ਉਹ ਸਾਡੀ ਖੋ ਰਹੇ ਹੈ, ਪਰ ਅਸੀਂ ਹੁਣ ਦੂਜੇ ਲੋਟ ਲੈ ਲਿਆ ਜੀ। ਜੋ ਕਰਦੇ ਹਾਂ ਬਸ ਬੜੇ ਸੌਖੇ ਤਰੀਕੇ ਨਾਲ ਅਸੀਂ ਸਟੇਜ 'ਤੇ ਕਰ ਦਿੰਦੇ ਹਾਂ ਜੀ। ਆਪ ਮਹਾਰੀ ਹਾਸਾ ਫੁੱਟ ਰਿਹਾ ਜੀ, ਜੋ ਸਲੀਮ ਬਿਆਨ ਦਿੰਦਾ, ਜੋ ਅਕਬਰ ਬਿਆਨ ਦਿੰਦਾ ਜੀ, ਜੋ ਆਪਣਾ ਜਿਹੜਾ ਹੈਗਾ ਵਿਰੋਧੀ ਧਿਰ ਦਾ ਨੇਤਾ ਹੈਗਾ ਜੀ ਬਿਆਨ ਦਿੰਦਾ, ਹਾਸੋਹੀਣਾ ਜਿਹਾ, ਉਸੇ ਲਿਆ ਕੇ ਸਿੱਧਾ ਸਟੇਜ ਦੇ ਉੱਪਰ ਰੱਖ ਦਿੱਤਾ। ਜੋ ਪੰਜਾਬ ਦਾ ਵਿੱਚ ਘਾਲਾ ਮਾਲਾ ਚੱਲ ਰਿਹਾ, ਰੌਲਾ ਘਚੌਲਾ ਚੱਲ ਰਿਹਾ, ਉਹ ਪਲੇ ਆ। ਵੈਸੇ ਹੈ ਤਾਂ ਜੀ ਇਹ ਬਹੁਤ ਵੱਡਾ ਦਰਦ ਪੰਜਾਬ ਦਾ ਜੀ, ਪਰ ਅਸੀਂ ਇਹਨੂੰ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਹਾਸੇ ਵੀ ਦੇ ਨਾਲ ਪੇਸ਼ ਕੀਤਾ ਹੈਗਾ, ਕਿਉਂਕਿ ਗੱਲ ਤਾਂ ਦਰਦ ਵਾਲੀ ਹੈ, ਪਰ ਜੋ ਵੀ ਉਹ ਬੋਲਦੇ ਆ ਜੀ, ਤੁਸੀਂ ਦੇਖ ਲਓ ਕਿਸੇ ਵੀ ਸਟੇਜ 'ਤੇ, ਕਿਸੇ ਵੀ ਆਪਣੇ ਪੰਡਾਲ ਦੇ ਵਿੱਚ ਕਿਤੇ ਵੀ ਭਾਸ਼ਣ ਦਿੰਦੇ ਆ, ਆਪ ਮਹਾਰੇ ਹਾਸਾ ਜਾਂਦਾ। ਕਿਤੇ ਤੁਸੀਂ ਉਹ ਗੱਲ ਤਾਂ ਨਹੀਂ ਕਰ ਰਹੇ ਕਿ ਸਲੀਮ ਕਹਿ ਰਿਹਾ ਕਿ ਅਕਬਰ ਤਾਂ ਮੇਰੇ ਪਿਓ ਵਰਗਾ, ਕਿਤੇ ਉਹੀ ਗੱਲ ਤੇ ਨਹੀਂ ਹੋ ਰਹੀ? ਬਿਲਕੁਲ ਬਿਲਕੁਲ, ਉਹ ਅਕਬਰ ਇਸੇ ਗੱਲ ਹੀ ਪਿੱਟ ਰਿਹਾ, ਉਹ ਕਹਿੰਦਾ ਪਿਓ ਵਰਗਾ ਨਹੀਂ, ਮੈਂ ਤੇਰਾ ਪਿਓ ਹੀ ਹੈ। ਇੱਕ ਨਵੀਂ ਗੱਲ ਹੋ ਗਈ ਹੈ ਕਿ ਵੀ ਪਹਿਲਾਂ ਤਾਂ ਆਪਾਂ ਨੂੰ ਬੜਾ ਵਧੀਆ ਲਾਰਾ ਲਾਇਆ ਹੋਇਆ ਸੀ, ਬੜੇ ਅਸੀਂ ਹਿਪਨੋਟਾਈਜ਼ ਹੋਏ ਹੋਏ ਸੀ ਕਿ ਪੰਜਾਬ ਨੂੰ ਕੈਲੀਫੋਰਨੀਆ ਬਣਾਉਣਾ 10 ਸਾਲਾਂ ਦੇ ਵਿੱਚ। ਹੁਣ ਜਿਹੜਾ ਹੁਣ ਉਹਦੇ ਜਿਹੜੇ ਜੀ ਬਣ ਗਿਆ, ਕੈਲੀਫੋਰਨੀਆ ਬਣ ਚੁੱਕਿਆ, ਅਕਾਲੀ ਦਾ ਬਣ ਗਿਆ ਜੀ, ਕੈਲੀਫੋਰਨੀਆ ਨਹੀਂ ਬਣਿਆ ਜੀ। ਹਾਂਜੀ ਹਾਂਜੀ, ਹੁਣ ਅਸੀਂ ਨਾਟਕ ਦੁਆਰਾ ਇਹ ਕਰ ਰਹੇ ਹਾਂ ਵੀ ਜਿਹੜਾ ਤੁਸੀਂ ਵਾਅਦਾ ਕੀਤਾ ਸੀਗਾ ਘੱਟੋ ਘੱਟ ਕੈਲੀਫੋਰਨੀਆ ਤਾਂ ਬਣਾ ਦਿਓ। ਤੁਸੀਂ ਕੈਲੀਫੋਰਨੀਆ ਨਹੀਂ ਵੀ ਬਣਾ ਸਕਦੇ, ਅਸੀਂ ਨਹੀਂ ਚਾਹੁੰਦੇ ਵੀ ਕੈਲੀਫੋਰਨੀਆ ਬਣਾਇਆ ਜਾਵੇ ਪੰਜਾਬ ਨੂੰ, ਪਰ ਤੁਸੀਂ ਪੰਜਾਬ ਨੂੰ ਪੰਜਾਬ ਬਣਾ ਦਿਓ। ਜਿਹੜਾ ਅਸੀਂ ਪਹਿਲਾਂ ਪੰਜਾਬ ਸੀਗਾ, ਤੁਸੀਂ ਪੰਜਾਬ ਨੂੰ ਪੰਜਾਬ ਹੀ ਰਹਿਣ ਦਿਓ, ਕੈਲੀਫੋਰਨੀਆ ਨਾ ਬਣਾਓ ਜੀ, ਸਾਡੀ ਇਹੀ ਬੇਨਤੀ ਹੈ ਇਸ ਨਾਟਕ ਦੇ। ਸੋ ਇਸ ਨਾਟਕ ਦੇ ਜ਼ਰੀਏ ਹੁਣ ਜਿਹੜੀ ਫੈਮਿਲੀ ਦੇ ਬਾਰੇ ਅਕਬਰ ਅਤੇ ਸਲੀਮ ਦੀ ਗੱਲ ਹੋ ਰਹੀ ਹੈ, ਪਿਓ ਪੁੱਤਾਂ ਦੀ ਗੱਲ ਹੋ ਰਹੀ ਹੈ, ਇੱਕ ਪੋਲੀਟੀਕਲ ਫੈਮਿਲੀ ਦੇ ਬਾਰੇ ਇਹ ਗੱਲ ਹੋ ਰਹੀ ਹੈ, ਸਿਰਫ ਉਹਨਾਂ ਦੇ ਬਾਰੇ ਹੀ ਗੱਲ ਹੋ ਰਹੀ ਹੈ ਜਾਂ ਪੰਜਾਬ ਦੀ ਜਿਹੜੀ ਹੋਰ ਵੀ ਪੋਲੀਟਿਕਸ ਜਿਹੜੀਆਂ ਜਿਹੜੀਆਂ ਉੱਥੇ ਪਾਰਟੀਜ਼ ਹੈਗੀਆਂ ਉਹਨਾਂ 'ਤੇ ਵੀ ਤੰਜ ਕੱਸਿਆ ਜਾ? ਬਿਲਕੁਲ ਜੀ, ਸਿੱਧਾ ਜੀ ਸਟੇਟ ਆ ਜੀ, ਪੂਰੇ ਤਰ੍ਹਾਂ ਦੇ ਨਾਲ ਹੈ, ਕਬੱਡੀ ਦਾ ਮੈਚ ਆ, ਦੋਨੋਂ ਸਿਆਸਤ ਦੇ ਜਿਹੜੇ ਲੀਡਰ ਆ ਜਿਹੜੇ ਪੁਰਾਣੇ ਸੀ ਤੇ ਚਿੱਟੇ ਤੇ ਨੀਲਿਆਂ ਦੀ ਗੱਲ ਹੋ ਰਹੀ ਹੈ ਜੀ, ਕਬੱਡੀ ਦਾ ਮੈਚ ਆ ਜੀ ਪੂਰਾ ਉਹਨਾਂ ਦਾ ਜੀ। ਸਾਫ਼ ਸਾਫ਼ ਸ਼ਬਦਾਂ ਦੇ ਵਿੱਚ ਗੱਲ ਕਹੀ ਜਾਵੇ ਤਾਂ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ
ਇਸ ਫੈਮਿਲੀ ਦੀ ਗੱਲ ਹੋ ਰਹੀ ਹੈ ਤੇ ਨਾਲ ਕੈਪਟਨ ਅਮਰਿੰਦਰ ਸਿੰਘ ਜਿਹੜੇ ਦੋ ਲੀਡਰ ਲੰਬੇ ਸਮੇਂ ਤੋਂ ਚੱਲਦੇ ਆ ਰਹੇ ਇਹਨਾਂ ਦੀ ਗੱਲ ਹੋ ਰਹੀ ਹੈ ਇਸ ਪਲੇ ਦੇ ਵਿੱਚ ਇਸ ਤਰ੍ਹਾਂ ਦੀ ਹੀ ਗੱਲ ਹੋਈ ਹੈ ਹਾਂਜੀ ਬਿਲਕੁਲ ਜੀ ਅਕਬਰ ਡਿਸਟਰਬ ਇਸ ਗੱਲ ਤੋਂ ਕਿ ਪੰਜਾਬ ਦਾ ਕੈਲੀਫੋਰਨੀਆ ਤਾਂ ਬਣਿਆ ਨਹੀਂ ਹੈਗਾ ਤੇ ਹੁਣ ਜਿਹੜੇ ਨਵੇਂ ਬਿਆਨ ਆ ਗਏ ਕਿ ਵੀ ਅੰਮ੍ਰਿਤਸਰ ਸਾਹਿਬ ਨੂੰ ਜਿਹੜਾ ਹੈਗਾ ਕਿ ਅਮਰੀਕਾ ਬਣਾਉਣ ਦੀ ਤਿਆਰੀ ਹੈਗੀ ਆ ਇਸ ਤਰ੍ਹਾਂ ਦੀਆਂ ਗੱਲਾਂ ਹੈਗੀਆਂ ਜੀ ਠੀਕ ਹੈ ਜੀ ਲੁਕਿੰਗ ਫੋਰਵਰਡ ਟੂ ਇਟ ਸਾਨੂੰ ਨਾਟਕ ਦੇ ਵਿੱਚ ਕੁਝ ਵੀ ਐਡ ਨਹੀਂ ਕਰਨਾ ਪਿਆ ਜੀ ਸਾਨੂੰ ਬਹੁਤ ਹੀ ਮਿਹਨਤ ਨਹੀਂ ਕਰਨੀ ਪਈ ਜੀ ਕਿ ਅਸੀਂ ਇਹਨੂੰ ਇੱਦਾਂ ਬਣਾਈਏ ਜੀ ਇਹਦੀ ਸਕ੍ਰਿਪਟ ਇੱਦਾਂ ਲਿਖੀ ਜਾਵੇ ਜੋ ਗੱਲਾਂ ਸੀਗੀਆਂ ਉਹਨੂੰ ਅਸੀਂ ਕਾਪੀ ਪੇਸਟ ਕਰਕੇ ਅੱਗੇ ਰੱਖ ਦਿੱਤੀਆਂ ਜੀ ਚੁਟਕਲਾ ਨਹੀਂ ਜੀ ਇਹ ਰੀਅਲ ਹੈ ਔਰ ਸੱਚਾਈ ਹੈ ਜੀ ਮਾਫੀ ਚਾਹੂੰਗੀ ਪਰ ਜੇ ਕਿਤੇ ਕੇਸ ਹੋ ਗਿਆ ਕਾਪੀਰਾਈਟਸ ਦਾ ਜਾਣਕਾਰੀ ਜੀ ਇਹ 23 ਅਕਤੂਬਰ ਨੂੰ ਸ਼ਾਮ ਨੂੰ 5:30 ਵਜੇ ਸਟਾਰਟ ਹੋਵੇਗਾ ਜੀ ਨਾਟਕ ਅਤੇ 7 ਵਜੇ ਖਤਮ ਹੋਵੇਗਾ ਬੈਲ ਪਰਫੋਰਮਿੰਗ ਆਰਟ ਸੈਂਟਰ ਦੇ ਵਿੱਚ ਜੀ ਵੈਨਕੂਵਰ ਦੇ ਵਿੱਚ ਅਤੇ ਪ੍ਰੋਪਰ ਇਹ 5:30 ਵਜੇ ਸਟਾਰਟ ਹੋ ਜਾਵੇਗਾ ਜੀ ਮੈਂ ਇਹ ਕਹਿਣਾ ਚਾਹੁੰਦਾ ਹਾਂ ਸਾਰਿਆਂ ਨੂੰ ਕਿ 4:30 ਵਜੇ ਗੇਟ ਓਪਨ ਹੋਣਗੇ ਜੀ ਅਤੇ 5:30 ਸਟਾਰਟ ਹੋਏਗਾ ਪਲੇ ਰਾਈਟ ਔਨ ਟਾਈਮ ਕੋਈ ਅਸੀਂ ਇੱਦਾਂ ਨਹੀਂ ਕਰਾਂਗੇ ਕਿ 5:30 ਦਾ ਟਾਈਮ ਦੇ ਕੇ ਅਸੀਂ 6 ਵਜੇ ਸਟਾਰਟ ਕਰਾਂਗੇ ਮੈਂ ਸਾਰਿਆਂ ਨੂੰ ਕਹਿੰਦਾ ਕਿ ਬੀ ਔਨ ਟਾਈਮ 5:30 ਵਜੇ ਤੁਸੀਂ ਜ਼ਰੂਰ ਆਓ ਜੀ ਇੱਕ ਸ਼ੋਅ ਸਾਡਾ ਇਹੀ ਹੋ ਰਿਹਾ ਜੀ ਐਡਮਿੰਟਨ ਦੇ ਵਿੱਚ 22 ਤਰੀਕ ਨੂੰ ਸੌਰੀ ਇਹ ਜਿਹੜਾ ਪਹਿਲਾਂ ਵਾਲਾ ਸਰੀ ਦੇ ਵਿੱਚ ਬੈਲ ਪਰਫਾਰਮਿੰਗ ਸੈਂਟਰ 'ਚ ਹੋ ਰਿਹਾ 22 ਅਕਤੂਬਰ ਨੂੰ ਹੋ ਰਿਹਾ ਐਡਮਿੰਟਨ ਹਾਂਜੀ ਉਹ ਐਡਮਿੰਟਨ ਦੇ ਵਿੱਚ ਹੋ ਰਿਹਾ ਜੀ ਮਹਾਰਾਜਾ ਪੈਲਸ ਦੇ ਵਿੱਚ ਤੇ ਉਹਦੇ ਬਾਰੇ ਬਾਈ ਗੁਰਚੰਦ ਜੀ ਤੁਹਾਨੂੰ ਦੱਸਣਗੇ ਡਿਟੇਲ ਡਿਮਾਂਡ ਬਹੁਤ ਹੈ ਜੀ ਜਿਹੜੇ ਆਮ ਆਦਮੀ ਪਾਰਟੀ ਦੇ ਸਮਰਥਕ ਹੈ ਜੀ ਉਹਨਾਂ ਨੇ ਐਡਮਿੰਟਨ ਦੇ ਵਿੱਚ ਸ਼ੋਅ ਕਰਵਾ ਰਹੇ ਆ ਉੱਥੇ ਹਰਨੇਕ ਮਠਾਰੂ ਜੀ ਆ ਰਾਜਵੀਰ ਜੀ ਆ ਉਹਨਾਂ ਨੂੰ ਫੋਨ ਕੀਤਾ ਜਾ ਸਕਦਾ ਆ ਉਹ ਸ਼ੋਅ 22 ਅਕਤੂਬਰ ਨੂੰ ਹੈ ਤੇ ਉਹਨਾਂ ਤੋਂ ਸਮੇਂ ਦੀ ਜਿਹੜੀ ਟਾਈਮਿੰਗ ਦੀ ਸਾਰੀ ਉੱਥੋਂ ਇਨਫੋਰਮੇਸ਼ਨ ਲਈ ਜਾ ਸਕਦੀ ਮੈਂ ਤੁਹਾਡੀ ਗੱਲ ਇੱਥੇ ਕੱਟਣਾ ਚਾਹਾਂਗੀ ਗੁਰਚਰਨ ਜੀ ਆਮ ਆਦਮੀ ਪਾਰਟੀ ਦੇ ਸਮਰਥਕ ਜਿਹੜੇ ਤੁਸੀਂ ਆਖਿਆ ਸੋ ਕੀ ਇਹਦਾ ਮਤਲਬ ਇਹ ਹੈ ਕਿ ਤੁਸੀਂ ਆਮ ਆਦਮੀ ਪਾਰਟੀ ਦੇ ਸਮਰਥਕ ਹੋ ਜਾਂ ਉਸ ਪਾਰਟੀ ਨੇ ਇਹ ਸ਼ੋਅ ਜਾਂ ਪਲੇ ਹੈ ਜਿਹੜਾ ਕਰਵਾਇਆ ਦੇਖੋ ਉਹਨਾਂ ਦੇ ਜਿਹੜੇ ਆਮ ਆਦਮੀ ਪਾਰਟੀ ਦੇ ਜਿਹੜੇ ਸਮਰਥਕ ਆ ਉਹਨਾਂ ਨੇ ਔਰਗਨਾਈਜ਼ ਕਰਾਇਆ ਜੀ ਅਜੇ ਤਾਂ ਨਾਟਕ ਤਿਆਰ ਕੀਤਾ ਹੋਇਆ ਪਰ ਇੱਕ ਗੱਲ ਜ਼ਰੂਰ ਹੈਗੀ ਹੈ ਕਿ ਵੀ ਸੱਪ ਲੰਘਣ ਤੋਂ ਬਾਅਦ ਲਾਠੀਆਂ ਮਾਰਨ ਦਾ ਕੀ ਫਾਇਦਾ ਪੰਜਾਬ ਚੇਂਜ ਦੀਆਂ ਬਰੂਹਾਂ 'ਤੇ ਜੋ ਅਸੀਂ ਚਾਹੁੰਦੇ ਹਾਂ ਇਸ ਤਰ੍ਹਾਂ ਦੀ ਸੋਚ ਰੱਖਦੀ ਹੈ ਸਾਨੂੰ ਖੁਸ਼ੀ ਹੈ ਕਿ ਅਸੀਂ ਇਸ ਤਰ੍ਹਾਂ ਦਾ ਨਾਟਕ ਨਾਲ ਕਰ ਰਹੇ ਹਾਂ ਸਾਡੀ ਸੋਚ ਜਾਂ ਉਹਨਾਂ ਦੀ ਸੋਚ ਇੱਕ ਮਿਕ ਹੋਈ ਹੋਈ ਆ ਅਸੀਂ ਤਾਂ ਆਪਣਾ ਨਾਟਕ ਇਹ ਥੋੜ੍ਹਾ ਜਿਹਾ ਨਾਟਕ ਤਾਂ ਪਿਛਲੇ ਸਾਲ ਵੀ ਕੀਤਾ ਸੀ 2000 ਆਪਣਾ ਸਾਨੂੰ 16 ਸਾਲ ਹੋ ਗਏ ਨਾਟਕ ਕਰਦੇ ਨੂੰ ਸਾਡੇ ਸਾਰੇ ਨਾਟਕ ਇਸੀ ਤਨਜ਼ 'ਤੇ ਹੋਏ ਆ ਸੋ ਜਿਹੜਾ ਇਹ ਨਾਟਕ ਹੈਗਾ ਕਿ ਵੀ ਐਡਮਿੰਟਨ ਵਾਲਾ ਆਮ ਆਦਮੀ ਪਾਰਟੀ ਦੇ ਜਿਹੜੇ ਸਪੋਰਟਰ ਆ ਉਹਨਾਂ ਵੱਲੋਂ ਕਰਵਾਇਆ ਜਾ ਰਿਹਾ ਇੱਥੇ ਵੀ ਜਿਹੜਾ ਹੈਗਾ ਕਿ ਵੀ ਵੈਨਕੂਵਰ ਦੇ ਵਿੱਚ ਸਰੀ ਦੇ ਵਿੱਚ ਜਿਹੜੇ ਆਮ ਆਦਮੀ ਦੇ ਸਪੋਰਟਰ ਆ ਜਿਹੜੇ ਆਮ ਆਦਮੀ ਨੂੰ ਪਿਆਰ ਕਰਦੇ ਆ ਜਿਹੜੇ ਜਿਨ੍ਹਾਂ ਦੀ ਸੋਚ ਪ੍ਰੋਗਰੈਸਿਵ ਆ ਉਹਨਾਂ ਵੱਲੋਂ ਬਹੁਤ ਭਰਮਾ ਹੁੰਗਾਰਾ ਮਿਲ ਰਿਹਾ ਸਾਨੂੰ ਜੇ ਪੰਜਾਬ ਦੀ ਪੋਲਿਟਿਕਸ ਦੀ ਗੱਲ ਹੋ ਰਹੀ ਆ ਤਾਂ ਹਾਲ ਹੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿੱਚ ਵੀ ਕਾਫੀ ਜ਼ਿਆਦਾ ਉਥਲ ਪੁਥਲ ਹੋਈ ਹੈ ਕਾਫੀ ਜ਼ਿਆਦਾ ਰੌਲਾ ਰੱਪਾ ਪਿਆ ਤੇ ਪੋਲਿਟਿਕਸ ਦੀ ਖੇਡ ਹੈ ਜਿਹੜੀ ਇਸ ਪਾਰਟੀ ਦੇ ਵਿੱਚ ਵੀ ਖੇਡੀ ਜਾ ਰਹੀ ਹੈ ਕੀ ਉਹਨੂੰ ਤੁਸੀਂ ਅੱਖੋਂ ਪਰੋਖੇ ਕੀਤਾ ਨਹੀਂ ਜੀ ਹਜੇ ਤਾਂ ਦੇਖੋ ਇਹ ਪਾਰਟੀ ਨਵੀਂ ਆ ਰਹੀ ਹੈ ਜੀ ਮੈਂ ਬੜਾ ਇਸ ਗੱਲ ਤੇ ਹੈਰਾਨ ਹਾਂ ਕਿ ਇਹ ਤਾਂ ਹਜੇ ਆਪਾਂ ਦੇਖਿਆ ਹੀ ਨਹੀਂ ਹੈਗਾ ਜੀ ਇਹ ਇੱਕ ਵਾਰੀ ਮੌਕਾ ਤਾਂ ਦਵੋ ਤਾਂ ਸਹੀ ਆਪਾਂ ਨਾ ਜੀ ਦੇਖੋ ਜਦੋਂ ਇਹਨਾਂ 'ਚ ਕੋਈ ਖਾਮੀ ਆਉਣਗੀਆਂ ਤਾਂ ਅਸੀਂ ਇੱਕ ਆਰਟਿਸਟ ਹਾਂ ਪ੍ਰੋਗਰੈਸ ਆਰਟਿਸਟ ਹਾਂ ਸਾਡਾ ਫਰਜ਼ ਬਣਦਾ ਆ ਕਿ ਅਸੀਂ ਸਿਸਟਮ ਦੇ ਖਿਲਾਫ ਗੱਲ ਕਰਾਂਗੇ ਸਾਨੂੰ ਚੰਗਾ ਸਿਸਟਮ ਚਾਹੀਦਾ ਜੀ ਸਿਸਟਮ ਲਈ ਫਾਈਟ ਆ ਜੇ ਕੱਲ੍ਹ ਨੂੰ ਆਮ ਆਦਮੀ ਪਾਰਟੀ ਦੇ ਜਿਹੜੇ ਹੈਗੇ ਆ ਕਿ ਇਹਨਾਂ ਦੇ ਵਿੱਚ ਇਹ ਪ੍ਰੋਬਲਮ ਆਈ ਸ਼ਾਇਦ ਇਹੀ ਪਲੇ ਉਹਨਾਂ ਦੇ ਉੱਪਰ ਵੀ ਹੋ ਸਕਦਾ ਹੈ ਪਰ ਇਸ ਵਕਤ ਹੈਗਾ ਕਿ ਅਸੀਂ ਉਹਨਾਂ ਨੂੰ ਦੇਖਿਆ ਹੀ ਨਹੀਂ ਹੈਗਾ ਸਾਡੇ ਕੋਲ ਤਾਂ ਆਧਾਰਨਿਕ ਦਿੱਲੀ ਹੈ ਮੇਰੇ ਖਿਆਲ 'ਚ ਪੰਜਾਬ ਚੇਂਜ ਜਾਂ ਬਰੂਹਾਂ ਦੇ ਵਿੱਚ ਹੈਗਾ ਕਿ ਵੀ ਚੇਂਜ ਦੇਖਣੀ ਚਾਹੀਦੀ ਹੈ ਜੀ ਇਹ ਤਾਂ ਹੋ ਗਈ ਪੰਜਾਬ ਦੀ ਗੱਲ ਪੰਜਾਬ ਦੀ ਜਿਹੜੀ ਪੋਲੀਟੀਕਲ ਸਿਚੁਏਸ਼ਨ ਹੈ ਉਹਦੇ ਵਿੱਚ ਚੇਂਜ ਹੋਪਫੁਲੀ ਸਾਨੂੰ ਦੇਖਣ ਨੂੰ ਮਿਲੇਗੀ ਬਹੁਤ ਜ਼ਰੂਰ ਪਰ ਇੱਕ ਬਹੁਤ ਵੱਡਾ ਦਰਦ ਪੰਜਾਬ ਦਾ ਹੋਰ ਵੀ ਹੈ ਉਹ ਇਹ ਹੈ ਕਿ ਥੀਏਟਰ ਆਰਟਿਸਟ ਆ ਜਿਹੜੇ ਪਹਿਲੀ ਗੱਲ ਤਾਂ ਥੀਏਟਰ ਬਿਲਕੁਲ ਖਤਮ ਹੀ ਹੋ ਗਿਆ ਤੇ ਦੂਸਰਾ ਜਿਹੜੇ ਥੀਏਟਰ ਆਰਟਿਸਟ ਹੈ ਉਹਨਾਂ ਨੂੰ ਮੂਵੀਜ਼ ਦੇ ਵਿੱਚ ਮੌਕਾ ਨਹੀਂ ਦਿੱਤਾ ਜਾ ਰਿਹਾ ਉਹਨਾਂ ਨੂੰ ਹਟਾ ਕੇ ਸਿੰਗਰਸ ਨੂੰ ਮੌਕਾ ਦਿੱਤਾ ਜਾ ਰਿਹਾ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਜੀ ਵਨ ਮੈਨ ਸ਼ੋਅ ਹੋਇਆ ਹੋਇਆ ਜੀ ਚਾਹੇ ਸਿੰਗਰ ਹੈ ਇੱਕ ਗਾਣਾ ਕੱਢ ਕੇ ਉਹ ਆਪਣੀ ਫਿਲਮ ਕੱਢ ਦਿੰਦਾ ਜੀ ਅਤੇ ਥੀਏਟਰ ਆਰਟਿਸਟ ਨੂੰ ਤਾੜੀ ਮਿਲਦੀ ਹੈ ਜੀ
ਤੇ ਥੀਏਟਰ ਨੂੰ ਦੇਖੋ ਜੀ, ਬਾਕੀ ਤੁਹਾਡਾ ਸਵਾਲ ਮੈਂ ਆਪ ਮੇਰੇ ਰੌਂਗਟੇ ਜੇ ਖੜੇ ਹੋ ਗਿਆ, ਕਿਉਂਕਿ ਕਲਾਕਾਰ ਜਦੋਂ ਕਲਾਕਾਰ ਨੂੰ ਇਹੋ ਜਿਹੀ ਗੱਲ ਹੁੰਦੀ ਹੈ, ਤਕਲੀਫ ਤਾਂ ਖੈਰ ਹੁੰਦੀ ਹੈ, ਪਰ ਥੀਏਟਰ ਆਪਣੇ ਰਾਹੇ ਚੱਲ ਰਿਹਾ ਆ ਅਤੇ ਵਕਤ ਆ ਰਿਹਾ, ਲੋਕ ਥੀਏਟਰ ਨੂੰ ਹੁਣ ਦੇਖਣਾ ਚਾਹੁੰਦੇ ਆ। ਆਈ ਹੋਪ ਸੋ ਕਿ ਵੀ ਜਦੋਂ ਤੁਸੀਂ ਥੀਏਟਰ ਵਾਲੀ ਗੱਲ ਜਿਹੜੇ ਥੀਏਟਰ ਵਾਲੇ ਆਰਟਿਸਟਾਂ ਨੂੰ ਲੈ ਕੇ ਫਿਲਮਾਂ ਬਣਾਓਗੇ, ਆਈ ਹੋਪ ਜੋ ਇੱਕ ਵਕਤ ਆ ਰਿਹਾ ਕਿ ਤੁਹਾਨੂੰ ਥੀਏਟਰ ਵਾਲੇ ਆਰਟਿਸਟ ਜ਼ਰੂਰ ਮਿਲਣਗੇ। ਅਤੇ ਇਹ ਤਾਂ ਜਿਹੜਾ ਪ੍ਰੋਡਿਊਸਰ ਆ ਉਹਦੇ 'ਤੇ ਵੀ ਡਿਪੈਂਡ ਕਰਦਾ ਕਿ ਕਿਹਨਾਂ ਕਲਾਕਾਰਾਂ ਨੂੰ ਲੈ ਕੇ ਫਿਲਮ ਬਣਾਉਣੀ ਹੈਗੀ ਹੈ। ਪਰ ਕੀ ਆਮ ਬੰਦੇ ਦੇ ਵਿੱਚ ਚਿੰਗਾਰੀ ਪੈਦਾ ਕਰਨ ਦੀ ਜ਼ਰੂਰਤ ਨਹੀਂ ਹੈ ਕਿ ਥੀਏਟਰ ਨੂੰ ਜ਼ਿਆਦਾ ਪ੍ਰਮੋਟ ਕੀਤਾ ਜਾਏ? ਜਦੋਂ ਹੁਣ ਦੇਖੋ ਜੀ, ਇੱਕ ਨਾ ਬਹੁਤ, ਮੈਂ ਹੁਣ ਇੱਕ ਬੰਦੇ ਦਾ ਨਾਂ ਨਹੀਂ ਲੈਣਾ ਹੈਗਾ, ਬਹੁਤ ਬਾਬਾ ਬੋੜ ਕਹਿੰਦੇ ਹਾਂ ਅਸੀਂ ਉਹਨੂੰ, ਉਹਨੇ ਇੱਕ ਬਿਆਨ ਦਿੱਤਾ ਸੀ, ਥੀਏਟਰ ਜਿਹੜਾ ਹੈਗਾ ਦਾਲ ਰੋਟੀ ਦਿੰਦਾ ਮੁਰਗੇ ਦੀ ਟਾਂਗਣੀ ਜੀ। ਅਤੇ ਕਿਉਂਕਿ ਥੀਏਟਰ ਨੂੰ ਸਿਰਫ ਤਾੜੀ ਮਿਲਦੀ ਆ, ਕੋਈ ਇਸ ਤਰ੍ਹਾਂ ਦਾ ਪਲੇਟਫਾਰਮ ਤਾਂ ਹੈ ਨਹੀਂ, ਪਰ ਅਸੀਂ ਬੜੀ ਕੋਸ਼ਿਸ਼ ਕਰ ਰਹੇ ਹਾਂ। ਮੈਂ ਕਹਿ ਰਿਹਾ ਕਿ ਵੀ ਥੀਏਟਰ ਜਿਹੜਾ ਹੈਗਾ ਸਭ ਕੁਛ ਦਿੰਦਾ, ਜੇ ਤੁਸੀਂ ਦਮ ਨਾਲ ਕੰਮ ਕਰੋ। ਇਹ ਮੁੰਡੇ ਨੇ ਮਾਸਟਰਜ਼ ਕੀਤੀ ਹੈ ਥੀਏਟਰ ਐਂਡ ਟੈਲੀਵਿਜ਼ਨ ਦੀ, ਮੈਂ ਆਪ ਖੁਦ ਮਾਸਟਰਜ਼ ਕੀਤੀ ਹੈ। ਮਾਸਟਰਜ਼ ਕਰਨ ਤੋਂ ਬਾਅਦ ਸਾਡੇ ਕੋਲ ਕੋਈ ਸਕੋਪ ਨਹੀਂ ਹੈਗਾ, ਨਾ ਤਾਂ ਇਸ ਸਬਜੈਕਟ ਦਾ ਕੋਈ ਯੂਨੀਵਰਸਿਟੀਆਂ ਕਾਲਜਾਂ ਦੇ ਵਿੱਚ ਹੈਗਾ ਕਿ ਵੀ ਤੁਸੀਂ ਪੜ੍ਹਾ ਸਕੋ ਜੀ। ਫਿਰ ਉਹ ਜਾਂਦਾ ਹੈਗਾ ਕਿ ਤੁਸੀਂ ਐਮ ਏ ਕਰਕੇ ਮਾਸ ਦੇ ਵਿੱਚ ਜਾਂਦੇ ਹੋ, ਜਿਵੇਂ ਜਿਵੇਂ ਜਿੱਧਰ ਨੂੰ ਗੱਲ ਤੁਰੀ ਜਾਂਦੀ ਹੈ ਉਵੇਂ ਉਵੇਂ ਕਰੀ ਜਾਂਦਾ, ਜਿੰਨਾ ਕਿ ਜਿਹੜਾ ਵਿਚਾਰਾਂ ਦਾ ਹੁੰਦਾ ਉਸ ਹਿਸਾਬ ਨਾਲ ਥੀਏਟਰ ਕਰੀ ਜਾਂਦਾ ਜੀ। ਇਹ ਤਾਂ ਜ਼ਰੂਰ ਹੈਗੀ ਆ ਕਿ ਵੀ ਜਿਹੜਾ ਜੋ ਮਾਧਿਅਮ ਹੈਗਾ ਅਖਬਾਰ ਆ, ਰੇਡੀਓ ਆ ਜਾਂ ਟੈਲੀਵਿਜ਼ਨ ਆ, ਲੋਕਾਂ ਕੋਲ ਉਹ ਟੂਲ ਹੈ, ਸੋਰਸ ਹੈ ਇਨਫੋਰਮੇਸ਼ਨ ਦੇ, ਜਿਸ ਖੋਪੇ ਦੇ ਨਾਲ ਆਪਾਂ ਉਹਨਾਂ ਨੂੰ ਦਿਖਾ ਰਹੇ ਹਾਂ, ਲੋਕ ਉਵੇਂ ਦੇਖ ਰਹੇ ਆ ਜੀ। ਸੋ ਲੋਕਾਂ ਦਾ ਆਈ ਆਪਾਂ ਲੋਕਾਂ ਨੂੰ ਬਲੇਮ ਨਹੀਂ ਕਰ ਸਕਦੇ, ਇਹ ਕਾਫ਼ੀ ਜ਼ਿਆਦਾ ਹੈਗੀ ਆ। ਇਹਦੇ ਵਿੱਚ ਸਿਆਸਤ ਦਾ ਬਹੁਤ ਵੱਡਾ ਰੋਲ ਹੈ, ਕਿਉਂਕਿ ਥੀਏਟਰ ਆਰਟਿਸਟ ਹਮੇਸ਼ਾ ਰੈਵੋਲਿਊਸ਼ਨਰੀ ਹੈ, ਉਹਨੇ ਗੱਲ ਸਿੱਧੀ ਕਰਨੀ ਆ, ਤਾਂ ਥੀਏਟਰ ਨੂੰ ਝੰਬਿਆ ਜਾ ਰਿਹਾ, ਕਈ ਤਰ੍ਹਾਂ ਦੀਆਂ ਬੁਰਕੀਆਂ ਸਿੱਟੀਆਂ ਜਾ ਰਹੀਆਂ ਕਿ ਵੀ ਈਵਨ ਤੋਂ ਥੀਏਟਰ ਆਰਟਿਸਟ ਨੂੰ ਪੋਲੀਟੀਕਲ ਕੰਪੇਨ ਦੇ ਵਿੱਚ ਲੈ ਜਾਂਦੇ ਆ ਆਰਟਿਸਟਾਂ ਨੂੰ। ਹਾਂਜੀ ਹਾਂਜੀ, ਇਹਦੇ ਬਾਰੇ ਵੀ ਮੈਂ ਗੱਲ ਕਰਨੀ ਚਾਹੁੰਦਾ, ਕਿਉਂਕਿ ਪਹਿਲਾਂ ਅਸੀਂ ਥੀਏਟਰ ਕਰਦੇ ਸੀਗੇ ਜਾਂ ਸਾਡੇ ਜਿੰਨੇ ਵੀ ਵੱਡੇ ਉਸਤਾਦ ਲੋਕ ਕੀਤਾ ਸੀਗਾ, ਥੀਏਟਰ ਹੁੰਦਾ ਜੀ ਰਿਫਲੈਕਟ ਕਰਦਾ ਆ ਕੀ ਹੋ ਰਿਹਾ ਕਮਿਊਨਿਟੀ ਦੇ ਵਿੱਚ, ਕੀ ਹੋ ਰਿਹਾ ਤੁਸੀਂ ਸਟੇਜ ਦੇ ਉੱਪਰ ਲੈ ਕੇ ਆ ਰਹੇ ਹੋ। ਬਟ ਹੁਣ ਦੇਖਿਆ ਜਾ ਰਿਹਾ ਕਿ ਥੀਏਟਰ ਨੂੰ ਵੀ ਯੂਜ਼ ਕੀਤਾ ਜਾ ਰਿਹਾ, ਕੁਛ ਥਾਵਾਂ ਦੇ ਉੱਤੇ ਉਹਨੂੰ ਰਿਫਲੈਕਟ ਨਹੀਂ ਕੀਤਾ ਜਾ ਰਿਹਾ, ਉਸਨੂੰ ਐਡਵਰਟਾਈਜ਼ਮੈਂਟ ਦੇ ਤੌਰ 'ਤੇ ਯੂਜ਼ ਕੀਤਾ ਜਾ ਰਿਹਾ ਵੀ ਤੁਸੀਂ ਸਾਡੀ ਕਰੋ, ਅਸੀਂ ਤੁਹਾਨੂੰ ਇੱਦਾਂ ਕਰਾਂਗੇ। ਤੁਸੀਂ ਜੇ ਤੁਸੀਂ ਕਹਿ ਲਓ ਵੀ ਉੱਥੇ ਜੇ ਕਿਸੇ ਇੱਕ ਪੋਲੀਟੀਕਲ ਪਾਰਟੀ ਨੇ ਕੁਛ ਨੁੱਕਰ ਨਾਟਕ ਕਰਾਉਣੇ ਆ, ਤਾਂ ਉਹਨਾਂ ਨੂੰ ਪੈਸੇ ਵੀ ਮਿਲਦੇ ਆ, ਸ਼ੋਅ ਵੀ ਮਿਲਦੇ ਆ। ਬਟ ਜੇ ਉਹੀ ਕੋਈ ਰੰਗਕਰਮੀ ਜਾ ਕੇ ਕਹੇ ਵੀ ਮੇਰਾ ਆਹ ਨਾਟਕ ਆ, ਇਹ ਜਨਤਾ ਦੇ ਉੱਪਰ ਆ, ਇਹ ਉਹਨਾਂ ਨੂੰ ਰਿਫਲੈਕਟ ਕਰ ਰਿਹਾ ਜੋ ਪ੍ਰੋਬਲਮਸ ਚੱਲ ਰਹੀਆਂ ਨੇ, ਉਹਨੂੰ ਕੋਈ ਸ਼ੋਅ ਨਹੀਂ ਮਿਲ ਰਿਹਾ ਜੀ। ਇੱਕ ਰੂਪ ਜੀ, ਮੈਂ ਹੋਰ ਗੱਲ ਕਰਨੀ ਹੈ, ਜਿਹੜੀ ਮੇਨ ਗੱਲ ਜੀ ਅਸੀਂ ਅੱਜ ਆਏ ਹਾਂ, ਚਲੋ ਤੁਸੀਂ ਥੈਂਕ ਯੂ ਪਹਿਲਾਂ ਤਾਂ ਪ੍ਰਾਈਮ ਏਸ਼ੀਆ ਦਾ ਕਿ ਇੰਨੀ ਸੋਹਣੀ ਗੱਲ ਜਿਹੜੀ ਥੀਏਟਰ ਦੇ ਆਰਟਿਸਟਾਂ ਦੀ ਗੱਲ ਹੈਗੀ ਹੈ ਉਹ ਰੱਖੀ ਆ, ਪਰ ਬੇਸਿਕਲੀ ਅਸੀਂ ਗੱਲ ਤਾਂ ਇਹ ਕਰਨ ਆਏ ਹਾਂ ਕਿ ਵੀ ਅਸੀਂ ਤੁਹਾਨੂੰ ਹਸਾਉਣ ਆਏ ਹਾਂ ਜੀ। ਇਸ ਮੁਲਕ ਦੇ ਵਿੱਚ ਹਰ ਬੰਦਾ ਮਸ਼ੀਨ ਬਣਿਆ ਹੋਇਆ, ਘਰ ਤੋਂ ਕੰਮ, ਕੰਮ ਤੋਂ ਘਰ ਜੀ। ਅਸੀਂ ਜਦੋਂ ਪਰਦਾ ਖੁੱਲ੍ਹੇਗਾ ਜੀ, ਹਾਸਾ ਸਟਾਰਟ ਹੈ ਜੀ, ਹਾਸਾ ਅਤੇ ਹਾਸਾ ਅਤੇ ਬਸ ਹਾਸਾ। ਦੋਸਤੋ, ਜਿਹੜੇ ਪੰਜਾਬ ਦੇ ਦਰਦ ਨੂੰ, ਜਿਹੜੇ ਦੁਖੀ ਆ ਜਾਂ ਪੰਜਾਬ ਨੂੰ ਦੇਖਣਾ ਚਾਹੁੰਦੇ ਆ ਕਿ ਵੀ ਇਹਨਾਂ ਜਿਹੜਾ ਹੈਗਾ ਮੌਜੂਦਾ ਸਿਸਟਮ ਨੇ, ਜਿਹੜਾ ਪੋਲੀਟੀਕਲ ਲੀਡਰਾਂ ਨੇ ਪੰਜਾਬ ਨੂੰ ਕਿਸ ਤਰ੍ਹਾਂ ਝੰਬਿਆ ਹੋਇਆ, ਅਤੇ ਉਸ 'ਤੇ ਜਿਹੜੇ ਹੈਗਾ ਪੋਲੀਟੀਕਲ ਪਲੇ ਆ, ਬਹੁਤ ਹੀ ਜ਼ਿਆਦਾ ਕਾਮੇਡੀ ਨਾਟਕ ਆ, ਉਹ ਜ਼ਰੂਰ ਦੇਖਣਾ। ਉਹ ਟੋਰਾਂਟੋ ਦੇ ਵਿੱਚ ਇਹ ਨਾਟਕ ਜਿਹੜਾ 3 ਵਾਰੀ ਸੋਲਡ ਆਊਟ ਹੋ ਚੁੱਕਿਆ ਹੈ, ਅਤੇ ਬਹੁਤ ਹੀ ਵਧੀਆ ਨਾਟਕ ਆ। ਕਲਾ ਨੂੰ ਪਿਆਰ ਕਰਨ ਵਾਲੇ, ਪੰਜਾਬ ਨੂੰ ਪਿਆਰ ਕਰਨ ਵਾਲਿਆਂ ਨੂੰ ਮੇਰੀ ਅਪੀਲ ਆ ਦੋਸਤੋ ਕਿ ਬੈਲ ਪਰਫੋਰਮਿੰਗ ਆਰਟ ਸੈਂਟਰ ਜਿਹੜਾ ਹੈਗਾ ਸਰੀ ਦਾ, ਉਹ ਨੱਕੋ ਨੱਕ ਭਰਿਆ ਹੋਣਾ ਚਾਹੀਦਾ। ਅਤੇ ਅਸੀਂ ਸਪੈਸ਼ਲ ਚੱਲ ਕੇ ਆਏ ਹੈਗਾ ਟੋਰਾਂਟੋ ਤੋਂ ਵੱਖ ਵੱਖ ਸ਼ਹਿਰਾਂ ਦੇ ਕਲਾਕਾਰ ਇਕੱਠੇ ਹੋ ਕੇ। ਆਈ ਹੋਪ ਕਿ ਤੁਸੀਂ ਸਾਡਾ ਮਾਣ ਵਧਾਓਗੇ, ਔਰ ਇਸ ਗੱਲ ਦੀ ਗਰੰਟੀ ਹੈਗੀ ਹੈ ਕਿ ਅਸੀਂ ਤੁਹਾਨੂੰ ਹਸਾਵਾਂਗੇ ਜ਼ਰੂਰ। ਟਿਕਟ ਬੜੀ ਰੀਜ਼ਨੇਬਲ ਹੈ ਜੀ, ਸਾਡੀ ਜਿਹੜੀ VIP ਟਿਕਟ ਨਿਕਲ ਚੁੱਕੀ ਹੈ, $35 ਦੀ ਟਿਕਟ $30 ਦੀ ਨਿਕਲ ਗਈ ਆ, ਹੁਣ ਸਿਰਫ $20 ਦੀ ਟਿਕਟ ਹੈਗੀ ਆ, ਜਿਹੜਾ ਬਹੁਤ ਵਧੀਆ ਸਪੋਟ ਪਏ ਆ, ਜਿਹੜੇ ਨੇੜੇ ਹੈਗੇ ਸਟੇਜ ਦੇ ਉੱਪਰ ਵੀ ਆ, ਬਾਲਕੋਨੀ 'ਤੇ ਵੀ ਆ, ਅਤੇ ਟਿਕਟਾਂ ਛੇਤੀ ਚੁੱਕ ਲਓ ਦੋਸਤੋ। ਜੇ ਟਿਕਟਾਂ ਲੈਣੀਆਂ ਪ੍ਰਾਈਮ ਏਸ਼ੀਆ ਨੂੰ, ਖਾਸ ਤੌਰ 'ਤੇ ਰੂਪ ਜੀ ਬੜੇ ਸਾਡੀ ਗੱਲ ਹੋਈ ਆ, ਕਹਿੰਦੇ ਮੈਂ ਟਿਕਟਾਂ ਵੇਚੇ ਵੀ, ਰੂਪ ਜੀ ਨੂੰ ਫੋਨ ਕਰਿਓ, ਜਾਂ ਸਾਡੇ ਜਿਹੜੇ ਨੰਬਰ ਹੈਗੇ ਆ ਅਕਸ ਸਮਰਾ ਜੀ ਨੂੰ ਫੋਨ ਕੀਤਾ ਜਾ ਸਕਦਾ, ਜਾਂ ਮੈਨੂੰ ਫੋਨ ਕੀਤਾ ਜਾ ਸਕਦਾ 6477718900। ਸੋ ਰੂਪ ਜੀ ਜੀ 6477718900000, ਠੀਕ ਹੈ ਜੀ, ਆਪਣਾ ਨੰਬਰ ਵੀ ਤੁਸੀਂ ਮੈਨੂੰ ਵੀ ਕਾਲ ਕਰ ਸਕਦੇ ਹੋ ਜੀ, 7788967090। ਅਸੀਂ ਟਿਕਟਾਂ ਤੁਹਾਡੇ ਘਰ ਵੀ ਪਹੁੰਚਾ ਕੇ ਜਾਵਾਂਗੇ, ਜੇ ਤੁਹਾਨੂੰ ਲੋੜਾ ਨਹੀਂ ਤਾਂ ਤੁਸੀਂ ਰੂਪ ਜੀ ਦਾ ਤਾਂ ਤੁਹਾਨੂੰ ਦੱਸ ਹੀ ਦਿੱਤਾ ਗਿਆ ਹੈ, ਤੁਸੀਂ ਆਓ ਇਹਨਾਂ ਕੋਲੋਂ ਟਿਕਟਾਂ ਲਓ ਜੀ। ਥੀਏਟਰ ਆਰਟਿਸਟ ਹੁੰਦੇ ਬਹੁਤ ਸਮਾਰਟ ਨੇ ਜੀ, ਅਤੇ ਮੈਨੂੰ ਬੈਠੇ ਬੈਠੇ ਹੀ ਕੰਮ ਲਗਾ ਦਿੱਤਾ। ਚਲੋ, ਅਗਰ ਕਿਸੇ ਚੰਗੇ ਕਾਰਜ ਲਈ ਕੋਈ ਹਿੱਸਾ ਪੈ ਰਿਹਾ ਤਾਂ ਵਾਈ ਨਾਟ, ਹੈ ਨਾ? ਜ਼ਰੂਰ ਜੀ, ਟਿਕਟਸ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ, ਅਤੇ ਬੈਲ ਪਰਫੋਰਮਿੰਗ ਸੈਂਟਰ ਦੇ ਵਿੱਚ ਸਰੀ ਦੇ ਵਿੱਚ ਇਹ 23 ਅਕਤੂਬਰ ਨੂੰ ਹੋ ਰਿਹਾ, ਐਡਮਿੰਟਨ ਦੇ ਵਿੱਚ ਮਹਾਰਾਜਾ ਪੈਲਸ ਦੇ ਵਿੱਚ ਇਹ 22 ਅਕਤੂਬਰ ਨੂੰ ਹੋ ਰਿਹਾ। ਸੋ ਮਿਸ ਨਹੀਂ ਕਰਨਾ। ਹਮੇਸ਼ਾ ਕਹਿੰਦੀ ਹੁੰਦੀ ਹਾਂ ਕਿ ਜਿਹੜੇ ਪੁਰਾਣੇ
ਗਾਣੇ ਤੁਸੀਂ ਸੁਣਨ ਜਾਂਦੇ ਹੋ ਜਿਹੜੇ ਤੁਸੀਂ ਯੂਟਿਊਬ 'ਤੇ ਦੇਖ ਚੁੱਕੇ ਹੋ, ਟੀ ਵੀ 'ਤੇ ਦੇਖ ਚੁੱਕੇ ਹੋ, ਹਜ਼ਾਰਾਂ ਵਾਰੀ ਵੱਜ ਚੁੱਕੇ ਨੇ, ਉਹਨਾਂ ਹੀ ਗਾਣਿਆਂ ਨੂੰ ਸੁਣਨ ਅਸੀਂ $50-$100 ਦੀਆਂ ਟਿਕਟਸ ਲੈ ਕੇ ਆਪਾਂ ਸੁਣਨ ਜਾਂਦੇ ਹਾਂ। ਉਹਨਾਂ ਸਿੰਗਰਸ ਨੂੰ, ਉਹਨਾਂ ਆਰਟਿਸਟ ਨੂੰ ਪ੍ਰਮੋਟ ਕਰਨਾ ਵੀ ਬਣਦਾ, ਪਰ ਜੇ ਕਿਤੇ ਕੋਈ ਨਵੀਂ ਚੀਜ਼ ਦੇਖਣ ਦਾ ਮੌਕਾ ਮਿਲ ਰਿਹਾ ਦੈਨ ਵਾਈ ਨੋਟ। ਐਂਡ ਅਫਕੋਰਸ ਟਿਕਟ ਵੀ ਬਹੁਤ ਰੀਜ਼ਨੇਬਲ ਹੈਗੀ ਹੈ, ਇੱਕ ਨਵਾਂ ਤਰੀਕੇ ਦਾ ਸ਼ੋਅ, ਸਟੇਜ ਸ਼ੋਅ, ਥੀਏਟਰ ਪਲੇ ਤੁਹਾਨੂੰ ਦੇਖਣ ਨੂੰ ਮਿਲੇਗਾ। ਸੋ ਜ਼ਰੂਰ ਪਹੁੰਚਣਾ। ਕੋਈ ਆਖਰੀ ਸੁਨੇਹਾ ਦੇਣਾ? ਬਸ ਜੀ, ਜੋ ਅਸੀਂ ਬੋਲਣਾ ਸਟੇਜ 'ਤੇ ਬੋਲਾਂਗੇ, ਇਸ ਗੱਲ ਦਾ ਵਾਅਦਾ ਜੀ। ਸਾਡਾ ਇੱਕ ਹੈਗਾ ਕਰੈਕਟਰ ਜਿਹੜਾ ਸਲੀਮ ਆ, ਉਹ ਬੜਾ ਬੋਲਦਾ ਹੁੰਦਾ, ਮੈਂ ਜਿਵੇਂ ਬੋਲਦਾ ਜੀ, ਅਸੀਂ ਵਾਅਦਾ ਕਰਦੇ ਹਾਂ, ਇਹ ਨਹੀਂ ਉਹ ਫੋਕਾ ਵਾਅਦਾ ਨਹੀਂ ਹੈਗਾ ਜੀ ਕਿ ਤੁਹਾਨੂੰ ਅਸੀਂ ਜ਼ਰੂਰ ਹਸਾਵਾਂਗੇ, ਔਰ ਅਸੀਂ ਆਪਣੀ ਗੱਲ ਰੱਖਣ ਆਏ ਹਾਂ ਅਤੇ ਪਾਣੀ 'ਚ ਮਧਾਣੀ 'ਚ ਨਹੀਂ ਪਾਈ ਹੈਗੀ, ਲੱਸੀ 'ਚ ਮਧਾਣੀ ਆ, ਮੱਖਣ ਵੀ ਆਏਗਾ, ਗੱਲ ਵੀ ਹੋਊਗੀ ਅਤੇ ਬਹੁਤ ਸੋਹਣਾ ਨਾਟਕ ਹੈ ਜੀ, ਇਸ ਗੱਲ ਦੀ ਸਾਡੀ ਗਰੰਟੀ ਹੈ ਜੀ। ਮੇਰੀ ਆਸ ਹੈ ਕਿ ਐਡਮਿੰਟਨ ਅਤੇ ਵੈਨਕੂਵਰ ਵਾਲੇ ਸਾਡੇ ਜਿਹੜੀ ਆਡੀਅੰਸ ਆ ਸਾਡਾ ਮਾਣ ਵਧਾਊਗੇ ਜੀ। ਜੀ ਬਹੁਤ ਬਹੁਤ ਸ਼ੁਕਰੀਆ, ਸਟੂਡੀਓ ਦੇ ਵਿੱਚ ਆਉਣ ਲਈ। ਥੈਂਕ ਯੂ, ਬਹੁਤ ਵਧੀਆ ਟਾਈਮ ਦਿੱਤਾ ਪ੍ਰਾਈਮ ਏਸ਼ੀਆ ਦੀ ਸਾਰੀ ਟੀਮ ਦਾ, ਸਾਡੇ ਵੱਲੋਂ ਨੇਤੀ ਥੀਏਟਰ ਗਰੁੱਪ ਵੱਲੋਂ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਗੁਰਚਰਨ ਜੀ, ਬਹੁਤ ਬਹੁਤ ਸ਼ੁਕਰੀਆ ਅਕਸ਼ੀ। ਥੈਂਕ ਯੂ, ਥੈਂਕ ਯੂ, ਥੈਂਕ ਯੂ। ਸੋ ਇਹ ਸੀ ਜੀ ਸਾਡਾ ਅੱਜ ਦਾ ਪ੍ਰਾਈਮ ਹੈਪਨਿੰਗਸ ਦਾ ਐਪੀਸੋਡ। ਬੈਲ ਪਰਫਾਰਮਿੰਗ ਸੈਂਟਰ ਦੇ ਵਿੱਚ ਪ੍ਰਾਈਮ ਏਸ਼ੀਆ ਦੀ ਟੀਮ ਵੀ ਤੁਹਾਨੂੰ ਮਿਲੇਗੀ। ਅੱਜ ਦੇ ਲਈ ਸਾਨੂੰ ਦਿਓ ਇਜਾਜ਼ਤ, ਜੇ ਕੋਈ ਸਵਾਲ ਹੈ ਤਾਂ ਕਾਲ ਕਰ ਸਕਦੇ ਹੋ 1-877-825-1314 ਐਂਡ ਅਫਕੋਰਸ ਸਾਨੂੰ ਈਮੇਲ ਕਰ ਸਕਦੇ ਹੋ feedback@primeasiatv.com। ਸਤਿ ਸ਼੍ਰੀ ਅਕਾਲ, ਫਿਰ ਹੋਏਗੀ ਮੁਲਾਕਾਤ।